ਤਰਸੀਮ ਸਿੰਘ ਪੰਗੂ ਦੀ ਕਹਾਣੀ ਲਛਮਣ ਸਿੰਘ ਬਨਾਮ ਲੱੱਠੂ ਮਿਸਤਰੀ ਉਹਦਾ ਬਾਪ 97 ਜਾਂ 98 ਸਾਲ ਦੀ ਲੰਮੀ ਉਮਰ ਭੋਕੇ ਫੌਤ ਹੋਇਆ ਸੀ ਇੱਕ ਸਦੀ ਦੇ ਇਤਿਹਾਸ ਦਾ ਚਸ਼ਮਦੀਦ ਗਵਾਹ ਖਾਮੋਸ਼ ਹੋ ਗਿਆ ਸੀ ਉਹ ਆਪਣੇ ਬਾਪ ਦੇ ਸੰਘਰਸ਼ ਭਰੇ ਜੀਵਨ ਦਾ ਖੁਦ ਦਰਸ਼ਕ ਸੀ ਇਤਫਾਕ ਵਸੂ ਬਾਪੂ ਤੋਂ ਇਲਾਵਾ ਘਰ ਚ ਇਕੱਲਾ ਹੀ ਸੀ ਕਿਉਂਕਿ ਬਾਕੀ ਪਰਿਵਾਰ ਛੁੱਟੀਆਂ ਹੋਣ ਕਰਕੇ ਘੁੰਮਣ ਗਿਆ ਹੋਇਆ ਸੀ ਭਾਵੇਂ ਬਾਪੂ ਨੂੰ ਮੂਲ ਨਾਲੋਂ ਵਿਆਜ ਪਿਆਰਾ ਸੀ ਪਰ 21ਵੀਂ ਸਦੀ ਦਾ ਵਿਆਜ ਬਾਪੂ ਨੂੰ ਘਾਟੀ ਪੱਲੇ ਬੰਨਦਾ ਸੀ ਉਹਦੇ ਨੂੰਹ ਪੁੱਤ ਘਰੋਂ ਜਾਣ ਬਾਅਦ ਹੋਣ ਵਾਲੀ ਪਰੇਸ਼ਾਨੀ ਤੋਂ ਭਲੀ ਭਾਂਤ ਜਾਣੂ ਸਨ ਪਰ ਨਵੀਂ ਪੀੜ੍ਹੀ ਬਜ਼ੁਰਗ ਨੂੰ ਬਹੁਤਾ ਮਹੱਤਵ ਦੇ ਕੇ ਆਪਣੀ ਨਿੱਜੀ ਆਜ਼ਾਦੀ 'ਚ ਖੱਲਲ ਨਹੀਂ ਪਾਉਂਦੀ ਸੀ ਜਦੋਂ ਦਾ ਉਹਨੇ ਨੂੰਹ ਦੇ ਮੂੰਹੋਂ ਸੁਣਿਆ ਸੀ ਬੁੱਢੇ ਨੇ ਕੀ ਪਤਾ ਕਦੋਂ ਮਰਨਾ ਹੈ ਅਸੀਂ ਐਵੇਂ ਆਪਣੀਆਂ ਛੁੱਟੀਆਂ ਕਿਉਂ ਬਰਬਾਦ ਕਰੀਏ ਉਦੋਂ ਦਾ ਉਹ ਆਪਣੇ ਬਜ਼ੁਰਗ ਬਾਪ ਪ੍ਰਤੀ ਪੂਰਾ ਸਮਰਪਿਤ ਹੋ ਗਿਆ ਸੀ اپنی ਪਤਨੀ ਦੇ ਜਿਉਂਦਿਆਂ ਉਹਨੂੰ ਬਾਪੂ ਦਾ ਕੋਈ ਫਿਕਰ ਨਹੀਂ ਸੀ ਉਹ ਸਿਰਫ ਸਵੇਰੇ ਨਹਾਉਣ ਧੋਣ ਵੇਲੇ ਜਾਂ ਸ਼ਾਮ ਨੂੰ ਬਾਪੂ ਦੀਆਂ ਲੋੜਾਂ ਦਾ ਖਿਆਲ ਰੱਖਦਾ ਸੀ ਪਰ ਉਹ ਵੀ ਬਾਪੂ ਵਾਂਗ ਉਹਨੂੰ ਕੱਲਿਆਂ ਛੱਡ ਵਕਤ ਤੋਂ ਪਹਿਲਾਂ ਹੀ ਧੁਰ ਗਈ ਸੀ ਉਹ ਸੋਚ ਰਿਹਾ ਸੀ ਜੋ ਕੁਝ ਬਾਪੂ ਨੇ ਕਿਹਾ ਉਹ ਕਰ ਪਾਏਗਾ ਬਜ਼ੁਰਗ ਮੋਏ ਤੋਂ ਤਾਂ ਲੋਕੀ ਹੈਸੀਅਤ ਦੀ ਪਰਖ ਕਰਦੇ ਨੇ ਤੇ ਫਿਰ ਇੱਕ ਪੈਨਸ਼ਨਰ ਦੀ ਬੁੱਕਾ ਤੇ ਕੀ ਹੁੰਦੀ ਹੈ ਘਰ ਫੌਤ ਹੋਣ ਤੋਂ ਪਹਿਲਾਂ ਜੋ ਅਲਫਾਜ਼ ਉਹਦੇ ਬਜ਼ੁਰਗ ਬਾਪ ਨੇ ਕਹੇ ਸੀ ਉਹ ਦੇ ਕੰਨਾਂ 'ਚ ਗੂੰਜ ਰਹੇ ਸੀ ਗੁਰਦੇਤੇ ਗੱਲ ਸੁਣ ਪੂਰੇ ਤੰਦਰੁਸਤਾਂ ਵਾਂਗ ਬੋਲਿਆ ਸੀ ਬਾਪੂ ਮੈਂ ਜੋ ਕੁਝ ਕਹਿਣਾ ਪਿਆ ਧਿਆਨ ਨਾਲ ਸੁਣ ਮੇਰਾ ਅੰਤ ਸਮਾਂ ਆ ਗਿਆ ਹੁਣ ਨਹੀਂ ਮੈਂ ਬਚਦਾ ਪੁੱਤਰਾਂ ਵਾਲਾ ਜੋ ਧਰਮ ਤੂੰ ਨਿਭਾਇਆ ਸ਼ਾਇਦ ਇਸ ਯੁੱਗ 'ਚ ਕੋਈ ਵੀ ਨਾ ਨਿਭਾ ਸਕਦਾ ਹੋਵੇ ਤੇ ਮੈਨੂੰ ਉਮੀਦ ਹੈ ਜੋ ਕੁਝ ਮੈਂ ਕਹਾਂਗਾ ਉਹ ਵੀ ਨਿਭਾਵੇਂਗਾ ਤੂੰ ਮੈਨੂੰ ਹੱਥੀਂ ਕਈ ਦਿਨ ਇਸ਼ਨਾਨ ਕਰਵਾਇਆ ਮੇਰੇ ਮਰਨ ਤੋਂ ਬਾਅਦ ਮੈਨੂੰ ਇਸ਼ਨਾਨ ਨਾ ਕਰਾਈਂ ਕੱਫਣ ਦਾ ਖਲਜਗਣ ਵੀ ਨਾ ਕਰੀ ਇਹਨਾਂ ਕੱਪੜਿਆਂ 'ਚ ਹੀ ਚਿਖਾ ਤੇ ਰੱਖੀ ਕਿਸੇ ਰਿਸ਼ਤੇਦਾਰ ਨੂੰ ਬਿਲਕੁਲ ਨਾ ਸਦੀ ਮੈਂ ਕਿਹੜਾ ਉੱਠ ਕੇ ਗੱਲਾਂ ਕਰਨੀਆਂ ਨੇ ਉਹਨਾਂ ਨਾਲ ਸਿਵਾ ਠੰਡਾ ਹੋਣ ਤੋਂ ਬਾਅਦ ਸਾਰਾ ਕੁਝ ਹੁੰਜ ਕੇ ਇਕੱਠਾ ਕਰਕੇ ਕਿਸੇ ਵਗਦੇ ਪਾਣੀ 'ਚ ਵਹਾ ਦੇਈ ਧਰਮ ਕਰਮ ਦੇ ਚੱਕਰਾਂ 'ਚ ਐਵੇਂ ਨਾ ਪੈਂਦਾ ਫਿਰੀ ਧਰਮ ਕਰਮ ਦਾ ਮਹਾਤਮ ਕਿਸੇ ਨੂੰ ਕਿੰਨਾ ਮਿਲਿਆ ਅੱਜ ਤੱਕ ਕਿਸੇ ਨੇ ਆ ਕੇ ਨਹੀਂ ਦੱਸਿਆ ਫੋਕੇ ਰੀਤੀ ਰਿਵਾਜਾਂ 'ਚ ਪੈ ਕੇ ਲਕੀਰ ਦਾ ਫਕੀਰ ਬਣ ਕੇ ਐਵੇਂ ਉਜੜੀ ਨਾ ਮੈਂ ਕੋਈ ਅਲੋਕਾਰ ਨਹੀਂ ਮਰਨਾ ਇਹ ਤਾਂ ਪਹਿਲਾਂ ਵੀ ਬੜੀ ਦੁਨੀਆ ਮੋਈ ਏ ਅਗਾਂ ਵੀ ਮਰੇਗੀ ਇੱਥੇ ਪੱਕਾ ਕਿੱਲਾ ਕਿਸੇ ਦਾ ਵੀ ਨਹੀਂ ਢੱਡਿਆ ਹੋਇਆ ਇੱਕ ਗਿਲਾ ਜ਼ਰੂਰ ਹੈ ਆਪਣੇ ਆਪ ਤੇ ਜੋ ਨਾਲ ਲੈ ਕੇ ਮਰ ਰਹਿਆਂ ਮੈਂ ਗੁਰੂ ਵਾਲਾ ਹੋ ਕੇ ਵੀ ਆਪਣੇ ਚੋਂ ਸ਼ਰਾਬੀ ਲੱਛੂ ਮਿਸਤਰੀ ਨੂੰ ਨਹੀਂ ਮਾਰ ਸਕਿਆ ਤੇ ਲੰਮਾ ਸਾਹ ਭਰ ਕੇ ਉਹਦਾ ਬਾਪ ਸੁਰਖਰੂ ਹੋ ਗਿਆ ਸੀ ਨੂੰ ਪੁੱਤ ਨੂੰ ਫੋਨ ਤੇ ਸੂਚਨਾ ਦੇ ਕੇ ਬਾਪੂ ਦੇ ਸਹਰਾਣੇ ਬੈਠਾ ਬੀਤ ਚੁੱਕੇ ਦੇ ਵਹਿਣਾ ਚ ਵਹਿਰ ਗਿਆ ਦੁਨੀਆ ਦੇ ਰੰਗ ਮੰਚ ਤੇ ਕਈ ਵਾਰ ਅਸਲੀ ਰੰਗ ਦਾ ਪਤਾ ਹੀ ਨਹੀਂ ਲੱਗਦਾ ਉਦੇ ਪਿਤਾ ਨੇ ਵੀ ਜੀਵਨ ਦੇ ਰੰਗ ਮੰਚ ਤੇ ਦੋਹਾਂ ਕਿਰਦਾਰ ਨਿਭਾਇਆ ਸੀ ਸਰਦਾਰ ਲక్ష్ਮਨ ਸਿੰਘ ਤੇ ਲੱਛੂ ਮਿਸਤਰੀ ਭਾਵੇਂ ਉਹਦਾ ਪਿਤਾ ਹੁਣ ਸਮਾਜ ਦਾ ਇੱਕ ਸਨਮਾਨਤ ਵਿਅਕਤੀ ਸੀ ਪਰ ਉਹ ਆਪਣੇ ਵਿੱਚੋਂ ਲੱਛੂ ਮਿਸਤਰੀ ਨੂੰ ساری ਉਮਰ ਮੰਨਫੀ ਨਾ ਕਰ ਸਕਿਆ ਲੱਛੂ ਨਾਲ ਉਹਨੂੰ ਅੰਤਾਂ ਦਾ ਮੋਹ ਸੀ ਕਿਉਂਕਿ ਲੱਛੂ ਮੌਲਿਕ ਸੀ ਬਹੁਤੀ ਦੁਨੀਆ ਮੁਖੌਟੇ ਪਾ ਕੇ ਮੌਲਿਕਤਾ ਗਵਾ ਲੈਂਦੀ ਹੈ ਆਪਣਾ ਪਿਛੋਕੜ ਦੱਸਦਿਆਂ ਸ਼ਰਮ ਮੰਨਦੀ ਹੈ ਅਸਲੀਅਤ ਤੇ ਪਾਏ ਪਰਦੇ ਦਾ ਪਛਤਾਵਾ ਉਹਨੇ ਆਪਣੇ ਬਾਪ ਦੇ ਚਿਹਰੇ ਤੇ ਆਖਰੀ ਸਮੇਂ ਵੇਖਿਆ। ਵਿਸ਼ਕ ਉਹ ਸਮਾਜ ਚ ਕੁਝ ਵੀ ਸੀ ਪਰ ਰਾਤ ਨੂੰ ਲੱਛੂ ਸੀ। ਭਾਵੇਂ ਰਾਤ ਨੂੰ ਸ਼ਰਾਬ ਪੀਣੀ ਨਹੀਂ ਛੱਡ ਸਕਿਆ ਪਰ ਉਹ ਸ਼ਰਾਬੀ ਨਹੀਂ ਸੀ। ਉਹਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਸੀ। ਉਹਦਾ ਬਾਪ ਇੱਕ ਕਿਰਤੀ ਤੇ ਸੱਚਾ ਸੁੱਚਾ ਮਨੁੱਖ ਸੀ। ਉਹਦੀ ਜ਼ਿੰਦਗੀ ਦਾ ਮਾਰਗਦਰਸ਼ਕ ਜਿਹਦੀ ਬਦੌਲਤ ਉਹ ਅੱਜ ਸਮਾਜ ਤੇ ਬਹੁਤ ਹੀ ਸਨਮਾਨਯੋਗ ਅਤੇ ਸੇਵਾਮੁਖਤ ਹੋ ਗਏ। ਉਹਦੀ ਪਛਾਣ ਸਤਕਾਰਤ ਵਿਅਕਤੀਆਂ ਚ ਸੀ। ਉਹਦੇ ਬੱਚੇ ਵੀ ਚੰਗੇ ਆਉਧਿਆਂ ਤੇ ਸਨ। ਉਹਨੂੰ ਅੱਜ ਵੀ 1947 ਤੋਂ ਪਹਿਲਾਂ ਪਾਕਿਸਤਾਨ ਵਿੱਚ ਲਈ ਪੰਜਾਬ 'ਚ ਹੰਡਾਇਆ ਬਚਪਨ ਤੇ ਘਰ ਛੱਡਣ ਦਾ ਵੇਲਾ ਚੰਗੀ ਤਰ੍ਹਾਂ ਯਾਦ ਹੈ। ਉਹਦਾ ਪਿਤਾ ਲੋਹਾਰੇ ਤਰਖਾਣੇ ਕੰਮ ਦਾ ਚੰਗਾ ਕਾਰੀਗਰ ਸੀ। ਪਿਤਾ ਦਾ ਮਿਸਤਰੀ ਜੀ ਕਰਕੇ ਬਹੁਤ ਇੱਜ਼ਤਮਾਨ ਸੀ। ਅਕਸਰ ਉਹਨੂੰ ਲੱਛੂ ਮਿਸਤਰੀ ਦਾ ਮੁੰਡਾ ਕਰਕੇ ਬੁਲਾਇਆ ਜਾਂਦਾ ਸੀ। ਲੱਛੂ ਦੇ ਹੱਥਾਂ 'ਚ ਕਿਰਤ ਦੀ ਖੁਸ਼ਬੂ ਸੀ। ਪਿਤਾ ਕੋਲ ਕੰਮ ਕਰਦੇ ਹੋਣੀਆਂ ਨਾਲ ਖੇਡਣ ਲਈ ਗੁੱਲੀ ਤਾਂ ਬਹੁਤ ਸੋਹਣੀ ਘੜ ਲੈਂਦਾ ਸੀ। ਪਰ ਪਿਤਾ ਤੇ ਸਾ ਫੜ ਕੇ ਆਮ ਆਪ ਵਧੀਆ ਗੁੱਲੀ ਘੜਦਿਆਂ ਕਹਿੰਦਾ ਹੁੰਦਾ ਸੀ ਮੈਂ ਤਾ ਤੁ ਗੁੱਲੀਆਂ ਨਹੀਂ ਘੜਾਉਣੀਆਂ ਪੜਨ ਵੱਲ ਤੇ ਆਂਦੇ ਆ ਕਰ ਗੁੱਲੀ ਘੜ ਕੇ ਫੜਾਉਂਦਾ ਕਹਿੰਦਾ ਲੈ ਫੜ ਖੇਡ ਕੇ ਜਲਦੀ ਆ ਜਾਈ ਤੇ ਉਹ ਗੁੱਲੀ ਫੜ ਕੇ ਦੌੜ ਜਾਂਦਾ ਹੁੰਦਾ ਸੀ ਆਪਣੇ ਬਚਪਨ ਦੇ ਸਾਥੀਆਂ ਮੁਸਤਾਕ ਅਹਿਮਦ ਕਰਾੜਾਂ ਦਾ ਗੋਪੀ ਕਾਲੂਆਂ ਦੇ ਜੈਬੇ ਨਾਲ ਖੇਡਦੇ ਆ ਗੁੱਲੀ ਡੰਡੇ ਦੇ ਮਾਲਕ ਵੱਜੋਂ ਆਕੜ ਕੇ ਚੱਲਦਾ ਸੀ ਜੇ ਉਹਦੇ ਪਿਓ ਨੂੰ ਲੋਕ ਮਿਸਤਰੀ ਜੀ ਕਹਿ ਕੇ ਸਨਮਾਨ ਦਿੰਦੇ ਸੀ ਤਾਂ ਉਹਦੇ ਦੋਸਤਾਂ ਜਦੋਂ ਵੀ ਨਵੀਂ ਗੁੱਲੀ ਕਢਾਉਣੀ ਹੁੰਦੀ ਕਹਿੰਦੇ ਮਿਸਤਰੀ ਭਲਕੇ ਨਵੀਂ ਗੁੱਲੀ ਲੈ ਆਵੇਂ ਤਾਂ ਖੁਦ ਨੂੰ ਮਿਸਤਰੀ ਅਖਵਾ ਕੇ ਸਹਿੰਦੇ ਪਰਿਵਾਰਾਂ ਦੇ ਬੱਚਿਆਂ 'ਚ ਆਪਣੇ ਬਾਪ ਵਾਂਗ ਹੀ ਸਮਝਦਾ ਪ੍ਰਾਇਮਰੀ ਸਕੂਲ 'ਚ ਸ਼ਰਾਰਤਾਂ ਕਰਦਿਆਂ ਖੇਡਦਿਆਂ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਨ ਦੀਆਂ ਕਨਸੂਆਂ ਆਉਣ ਲੱਗੀਆਂ ਤਾਂ ਉਸ ਵਕਤ ਉਹਨਾਂ ਦੇ ਤਸੱਵਰ 'ਚ ਕਨਸੂਆਂ ਸਿਰਫ ਕੋਈ ਬੜੀਆਂ-ਵੱਡੀਆਂ ਬਿਲਡਿੰਗਾਂ ਬਣਨ ਵਾਂਗ ਸੀ ਪਰ ਜਦੋਂ ਮਾਂ ਵੱਲੋਂ ਘਰੋਂ ਬਾਹਰ ਨਿਕਲਣਾ ਵਰਜ ਦਿੱਤਾ ਗਿਆ ਤਾਂ ਉਹਦੀ ਕੁਝ-ਕੁਝ ਸਮਝ ਪੈਣ ਲੱਗਾ ਸੀ ਫਿਰ ਇੱਕ ਦਿਨ ਕਲੂਆਂ ਦੇ ਵੱਡੇ ਬਾਪੂ ਵੱਲੋਂ ਬਈ ਕਿਸਾਨ ਵੱਲੋਂ ਕੋਈ ਆਵੇ ਅਸਾ ਤਾਂ ਮਾਮਲਾ ਪਰਨਾ ਹੈ ਜੋ ਵੀ ਨਮਾ ਆਏਗਾ ਉਹਨੂੰ ਦੇ ਦੇਾਂਗੇ ਪਰ ਖੂਨ ਪਸੀਨਾ ਇੱਕ ਕਰਕੇ ਆਬਾਦ ਕੀਤੀਆਂ ਜ਼ਮੀਨਾਂ ਬਿਲਕੁਲ ਨਹੀਂ ਛੱਡਾਂਗੇ ਕੀਤਾ ਲੈਕਚਰ ਸਮਝ ਨਹੀਂ ਪਿਆ ਸੀ ਇਹ ਸਾਂਝੇ ਪੰਜਾਬ ਚ ਮੁੱਲ ਤਾਂਚ ਬਾਰਦਾ ਇਲਾਕਾ ਸੀ ਜਿੱਥੇ ਅੰਗਰੇਜ਼ ਸਰਕਾਰ ਨੇ ਪੂਰਬੀ ਪੰਜਾਬ ਚੋਂ ਮਿਹਨਤੀ ਕਿਸਾਨਾਂ ਨੂੰ ਮਰੱਬੇ ਅਲਾਟ ਕੀਤੇ ਸਨ ਉਸ ਸਮੇਂ ਘੋੜੀ ਪਾਲਕ ਨੂੰ ਵੀ ਮਰੱਬਾ ਅਲਾਟ ਹੋ ਜਾਂਦਾ ਸੀ ਨਹਿਰਾਉਣ ਕਰਕੇ ਧਰਤੀ ਸੋਨਾ ਉਗਲਣ ਲੱਗ ਪਈ ਸੀ ਪੂਰਬੀ ਪੰਜਾਬ ਚੋਂ ਜਾ ਕੇ ਵਸੇ ਸਿੱਖ ਸਰਦਾਰ ਬਹੁਤ ਸੌਖੇ ਸਨ ਹੋਰ ਕਮੀ ਕਮੀਨ ਵੀ ਰਜਵੀ ਰੋਟੀ ਖਾਂਦੇ ਸਨ ਲੱਛੂ ਮਿਸਤਰੀ ਦਾ ਬਾਪ ਵੀ ਚੜ੍ਹਦੇ ਪੰਜਾਬ ਚੋਂ ਸਰਦਾਰ ਕਿਸ਼ਨ ਸਿੰਘ ਨਾਲ ਇੱਧਰ ਆ ਕੇ ਵਸ ਗਿਆ ਸੀ ਬਾਬਤ ਤੋਂ ਬਾਅਦ ਲੱਛੂ ਨੇ ਵਿਰਾਸਤੀ ਕੰਮ ਸੰਭਾਲ ਲਿਆ ਸੀ ਸਿੱਖ ਪਰਿਵਾਰਾਂ ਦੇ ਘਰਾਂ ਦੀ ਸੇਵ ਕਰਦਿਆਂ ਗੁਰਦੁਆਰੇ ਵੱਲ ਝੁਕਾ ਹੋਣਾ ਕੁਦਰਤੀ ਸੀ ਭਾਵੇਂ ਬਹੁਤੇ ਸਿੱਖ ਅੰਮ੍ਰਿਤ ਛੱਕ ਕੇ ਬਾਣਾ ਧਾਰਨ ਕੀਤਾ ਸੀ ਪਰ ਖੇਤਾਂ 'ਚ ਕੰਮ ਧੰਦੇ ਕਰਕੇ ਥੱਕੇਵਾਂ ਲਾਉਣ ਦਾ ਆਰ-ਪਾਰ ਵੀ ਕਰ ਲੈਂਦੇ ਸਨ ਲੱਛੂ ਅਕਸਰ ਕਿਸੇ ਦੇ ਕੰਮ ਨੂੰ ਗਿਆਰ ਸ਼ਾਮ ਵੇਲੇ ਦੋ ਹਾੜੇ ਲਾ ਲਿਆ ਕਰਦਾ ਸੀ ਦੂਜੇ ਹਾੜੇ ਤੋਂ ਬਾਅਦ ਉਹਦਾ ਹਮੇਸ਼ਾ ਤਕੀਆ ਕਲਾਮ ਹੁੰਦਾ ਬਸ ਹੁਣ ਰੋਟੀ ਜੋਗੇ ਹੋ ਗਏ ਆ ਇਹ ਉਹਨੇ ਬਾਪੂ ਨਾਲ ਗਿਆ ਕਈ ਵਾਰੀ ਸੁਣਿਆ ਸੀ ਸਿੱਖੀ ਪ੍ਰਭਾਵ ਕਰਕੇ ਸ਼ਾਇਦ ਉਹਦਾ ਨਾਮ ਗੁਰਦਿੱਤਾ ਸੀ ਉਹ ਹੋਇਆ ਵੀ ਪਛੜ ਕੇ ਸੀ ਇੱਕ ਦਿਨ ਬਾਪੂ ਨੂੰ ਬੇਬੇ ਨਾਲ ਗੱਲਾਂ ਕਰਦੇ ਆ ਉਹਨੇ ਸੁਣਿਆ ਕੁਝ ਸਰਕਾਰੀ ਬੰਦੇ ਆਏ ਸੀ ਤੇ ਪਿੰਡ ਖਾਲੀ ਕਰਨ ਲਈ ਕਹਿ ਰਹੇ ਸੀ ਪਰ ਕਾਲੋਂ ਸਰਦਾਰ ਨੇ ਸਾਫ਼ ਜਵਾਬ ਦੇ ਦਿੱਤਾ ਨਾਲ ਹੀ ਉਹਨੂੰ ਹਦਾਇਤ ਕੀਤੀ ਕਿਤੇ ਬਾਹਰ ਨਹੀਂ ਜਾਣਾ ਮਾਹੌਲ ਖਰਾਬ ਆ ਫਿਕਰਮੰਦ ਹੁੰਦੇ ਆ ਇੱਕ ਦਿਨ ਲੱਛੂ ਆਪਣੇ ਘਰ ਦੇ ਨੂੰ ਕਹਿ ਰਿਹਾ ਸੀ ਕਮੀਆਂ ਦਾ ਕੀ ਆ ਕੰਮ ਹੀ ਕਰਨਾ ਹੁਲਕਪਾਵੇਂ ਕੋਈ ਵੀ ਹੋਵੇ ਉਦੋਂ ਉਹਦੇ ਬਾਲ ਮਾਨ ਨੇ ਸੋਚਿਆ ਸੀ ਜੇ ਸਾਰੇ ਉਧਰ ਚਲੇ ਗਏ ਫਿਰ ਗੁੱਲੀ ਡੰਡਾ ਕਿਦੇ ਨਾਲ ਖੇਡਿਆ ਕਰੂੰ ਫਿਰ ਇੱਕ ਦਿਨ ਪਤਾ ਲੱਗਾ ਸਾਰੇ 6 ਪਿੰਡਾਂ ਦੇ ਨੰਬਰਦਾਰਾਂ ਨੂੰ ਤਹਿਸੀਲੇ ਸਦਿਆ ਗਿਆ ਅਗਲੇ ਦਿਨ ਸਵੇਰੇ ਸਾਰੇ ਨੰਬਰਦਾਰਾਂ ਦੀਆਂ ਲਾਸ਼ਾਂ ਵੱਡੀ ਨਹਿਰ ਦੀ ਠੋਕਰ ਨਾਲ ਲੱਗੜ ਪਿਛੜ ਲੱਗੀਆਂ ਧਰਦੀਆਂ ਮਿਲੀਆਂ ਜਿਸ ਨਾਲ دہشت ਦਾ ਮਾਹੌਲ ਬਣ ਗਿਆ ਸੀ ਕੱਲ ਨੂੰ ਸਰਦਾਰ ਨੇ ਫਿਰ ਗੁਰਦੁਆਰੇ ਇਕੱਠ ਕੀਤਾ ਸੀ ਬਈ ਮਿੱਤਰੋ ਹਿੰਦੁਸਤਾਨ ਦੀ ਵੰਡ ਹੋ ਗਈ ਹੈ ਪਾਕਿਸਤਾਨ ਵੱਖਰਾ ਹੋ ਗਿਆ ਆਪਾਂ ਨੂੰ ਹੁਣ ਜਾਣਾ ਪੈਣਾ ਹੈ ਯਾਦ ਰੱਖੇ ਕੋਈ ਇਕੱਲਾ ਜਾਣ ਦੀ ਕੋਸ਼ਿਸ਼ ਨਾ ਕਰੇ ਨੁਕਸਾਨ ਹੋ ਸਕਦਾ ਹੈ ਅਸੀਂ ਆਪਣੀ ਰਾਖੀ ਖੁਦ ਕਰਾਂਗੇ ਪਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਇਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਬੋਲੇ ਸੋ ਨਿਹਾਲ ਕਿੰਨਾ ਗਮਗੀਨ ਮਾਹੌਲ ਸੀ ਤੁਰਨ ਵੇਲੇ ਮਾਹੌਲ ਦੀ ਚੁੱਪ ਚੁੱਪ ਸਿਰਫ ਕਿਸ਼ਨ ਸਿੰਘ ਦੀ ਆਵਾਜ਼ ਗੂੰਜ ਰਹੀ ਸੀ ਮਿੱਤਰੋ ਘਰ ਛੱਡਣਾ ਕੋਈ ਸੌਖਾ ਨਹੀਂ ਹੁੰਦਾ ਨਾਲੇ ਇੰਨੀਆਂ ਜਾਇਦਾਦਾਂ ਹਰੇਕ ਆਪਣੀ ਜ਼ਮੀਨਾਂ ਦੇ ਕਾਗਜ਼ ਪੱਤਰ ਨਾਲ ਲੈ ਕੇ ਜਾਵੇ ਸਰਕਾਰ ਕਹਿੰਦੀ ਹੈ ਉਧਰ ਜਾ ਕੇ ਜ਼ਮੀਨਾ ਮਿਲਣਗੀਆਂ ਜਿੰਨਾ ਵੀ ਸਮਾਨ ਸੌਖਿਆਂ ਚੁੱਕ ਸਕਦੇ ਹੋ ਚੁੱਕ ਲੋ ਕੋਈ ਕਾਫਲੇ ਤੋਂ ਅਲੱਗ ਨਾ ਹੋਵੇ ਨੌਜਵਾਨ ਘੋੜੀਆਂ ਤੇ ਹਥਿਆਰਾਂ ਨਾਲ ਲੈਸ ਹੋਣਗੇ ਜਿੱਥੇ ਵੀ ਪੜਾਅ ਹੋਏਗਾ ਇਕੱਠਾ ਹੋਏਗਾ ਲੰਗਰ ਦੀ ਚਿੰਤਾ ਬਿਲਕੁਲ ਕੋਈ ਨਾ ਕਰੇ ਵੀ ਮਣ ਪੱਕਾ ਆਟਾ ਖਰ ਰਸਾਂ ਤੇ ਪੀ ਲਿਆ ਗਿਆ ਕਿੰਨੀ ਗਮਗੀਨ ਆਵਾਜ਼ ਕਿਆ ਸੀ ਉਦੋਂ ਬਾਪੂ ਨੇ ਸਰਦਾਰ ਕਿਸ਼ਨ ਸਿੰਘ ਨੂੰ ਜਿਹਨੂੰ ਬਾਪੂ ਕੰਮ ਤੇ ਗਿਆ ਚਾਚਾ ਕਹਿੰਦਾ ਹੁੰਦਾ ਸੀ ਚਾਚਾ ਜੀ ਸਾਡੀਆਂ ਕਿਹੜੀਆਂ ਜਦਾਤਾਂ ਨੇ ਕੰਮ ਕਰਕੇ ਢਿੱਡ ਭਰਨਾ ਹੈ ਇੱਥੇ ਕੀ ਤੇ ਉੱਥੇ ਕੀ ਨਹੀਂ ਓਏ ਮਿਸਤਰੀ ਨਾਲੇ ਚਾਚਾ ਕਹਿਣਾ ਨਾਲੇ ਤੋੜ ਵਿਛੋੜੇ ਦੀਆਂ ਗੱਲਾਂ ਕਰਦਾ ਤੇਰਾ ਪਿਓ ਮੇਰਾ ਭਰਾ ਬਣ ਕੇ ਮੇਰੇ ਨਾਲ ਆਇਆ ਸੀ ਉਹਨੂੰ ਕੀ ਜਵਾਬ ਦੇਵਾਂਗਾ ਦਰਗਾਹੇ ਜਾ ਕੇ ਜਦੋਂ ਨੇ ਪੁੱਛਿਆ ਚੰਗਾ ਰਿਸ਼ਤਾ ਨਿਭਾਇਆਈ ਭਾਵੇਂ ਉਦੋਂ ਛੋਟਾ ਸੀ ਪਰ ਰਿਸ਼ਤਿਆਂ ਦੀ ਸਮਝ ਹੈ ਸੀ ਸਰਦਾਰ ਦਾ ਕਹਿਣਾ ਕਿਵੇਂ ਮੋੜ ਸਕਦਾ ਸੀ ਲੱਛੂ ਕਿਸ਼ਨ ਸਿੰਘ ਦੇ ਆਦੇਸ਼ ਕਿਸੇ ਫੌਜੀ ਕਮਾਂਡਰ ਵਾਂਗ ਸਨ ਕੂੜੀਆਂ ਵਾਲੇ ਕਾਫਲੇ ਦੇ ਦੋਹੀ ਪਾਸੇ ਗਸ਼ਤ ਕਰਨਗੇ ਅਗਲੇ ਦਿਨ ਤੜਕੇ ਬੋਲੇ ਸੋਨਿਹਾਲ ਦੇ ਜੈਕਾਰਿਆਂ ਨਾਲ ਕਾਫਲਾ ਖੂਚ ਕੀਤਾ ਸੀ ਬੇਸ਼ੱਕ ਘਰ ਜ਼ਮੀਨ ਛੱਡਣ ਦਾ ਗਮ ਸਾਰਿਆਂ ਨੂੰ ਸੀ ਪਰ ਦੂਰੋਂ ਨੇੜਿਓਂ ਵੱਡ ਟੁਕਦੀਆਂ ਖਬਰਾਂ ਮਿਲਣ ਤੇ ਕਿਸ਼ਨ ਸਿੰਘ ਸਰਦਾਰ ਵੱਲੋਂ ਕਾਫਲੇ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਕਰਕੇ ਹਰੇਕ ਨਿਸ਼ਚਿੰਤ ਸੀ ਉਹਨੂੰ ਅੱਜ ਵੀ 1947 ਦੇ ਉਜਾੜੇ ਵੇਲੇ ਪਾਕਿਸਤਾਨ ਵਿੱਚ ਲਈ ਪੰਜਾਬ ਤੋਂ ਘਰ ਛੱਡਣ ਦਾ ਵੇਲਾ ਚੰਗੀ ਤਰ੍ਹਾਂ ਯਾਦ ਹੈ ਉਹਦੇ ਬਾਲ ਮੰਦੀ ਸਕਰੀਨ ਤੇ ਉਦਾਸ ਚਿਹਰੇ ਉਵੇਂ ਦੇ ਉਵੇਂ ਉਕਰੇ ਪਏ ਹਨ ਕਾਫਲੇ ਚ ਤੁਰਨ ਵਾਲਿਆਂ ਨੂੰ ਅਗਲੇ ਪੜਾ ਦਾ ਪਤਾ ਨਹੀਂ ਸੀ ਪਹੁੰਚਣਗੇ ਵੀ ਕਿ ਨਹੀਂ ਕਾਫਲੇ ਤੁਰੇ ਜਾਂਦੇ ਆ ਫੜ ਲੈ ਬਚ ਕੇ ਨਾ ਜਾਣ ਅੱਲਾਹੁ ਅਕਬਰ ਤੇ ਹੋਰ ਕਈ ਤਰ੍ਹਾਂ ਦੀਆਂ ਸਮੂਹ ਆਵਾਜ਼ਾਂ ਕੰਨੀਆਂ ਪੈਂਦੀਆਂ ਕਦੀ ਨੇੜੇ ਨੂੰ ਆਉਂਦੀਆਂ ਮਹਿਸੂਸ ਹੁੰਦੀਆਂ ਕਦੀ ਦੂਰ ਨੂੰ ਜਾਂਦੀਆਂ ਪਰ ਇਸ ਕਾਫਲੇ ਤੇ ਕਿਸੇ ਲੁਟੇਰੇ ਦੀ ਹਮਲਾ ਕਰਨ ਦੀ ਜੁਰਤ ਨਾ ਪਈ ਕਾਫਲੇ ਨੇ ਸਰਹੱਦ ਤੇ ਆ ਕੇ ਕੋਈ ਸਰਕਾਰੀ ਕੈਂਪ ਦਾ ਆਸਰਾ ਲਏ ਬਗੈਰ ਲਗਾਤਾਰ ਚੱਲਦਿਆਂ ਪੜਾਵਾਰ ਨੂੰ ਸ਼ਹਿਰਾ ਮੱਝਾ ਸਿੰਘ ਗੁਰਦਾਸਪੁਰ ਜ਼ਿਲ੍ਹੇ 'ਚ ਪੜਾ ਕੀਤਾ ਸੀ ਜਿਸ ਖਜ਼ਾਨੇ ਚੋਂ ਰਾਸ਼ੀ ਨਿਕਲਦੀ ਰਹੇ ਪਰ ਜਮ੍ਹਾਂ ਕੁਛ ਨਾ ਹੋਵੇ ਉਹ ਖਜ਼ਾਨਾ ਕਿੰਨਾ ਚਿਰ ਆਪਣੀ ਹੋਂਦ ਕਾਇਮ ਰੱਖ ਸਕਦਾ ਹੈ ਹੌਲੀ-ਹੌਲੀ ਲੰਗਰ ਮਸਤਾਨਾ ਹੋਣ ਕਿਨਾਰੇ ਪਹੁੰਚ ਗਿਆ ਜ਼ਮੀਨਾਂ ਵਾਲੇ ਕਿਸ਼ਨ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ 'ਚ ਪਹੁੰਚ ਕਰਦੇ ਸਨ ਹੌਲੀ-ਹੌਲੀ ਥੋੜੀਆਂ-ਬਹੁਤੀਆਂ ਜ਼ਮੀਨਾਂ ਦੀ ਕੱਚੀ ਅਲਾਟਮੈਂਟ ਹੋਣੀ ਸ਼ੁਰੂ ਹੋ ਗਈ ਸੀ ਪਰ ਦਿਹਾੜੀਦਾਰ ਤਾਂ ਜੋ ਕਮਾਇਆ ਸੋ ਖਾਇਆ ਵਾਲੀ ਗੱਲ ਸੀ ਬੱਜੀਆਂ ਗੰਡਾਂ ਖੁਰਨ ਲੱਗ ਪਈਆਂ ਸਨ ਲੁਕੋ ਕੇ ਰੱਖਿਆ ਸੋਨਾ ਬਾਹਰ ਆਉਣ ਲੱਗ ਪਿਆ ਸੀ ਪਰ ਸੋਨੇ ਬਦਲੇ ਵੀ ਰਾਸ਼ਨ ਮਿਲਣਾ ਮੁਸ਼ਕਲ ਹੋ ਗਿਆ ਸੀ ਲੰਗਰ ਵੀ ਮਸਤਾਨੇ ਹੋ ਗਏ ਸਨ ਵਿਲੂ-ਵਿਲੂ ਕਰਦੇ ਬੱਚੇ ਵੇਖਦੇ ਹਨ ਡੋਪ ਪੈਂਦੇ ਸਨ ਹੌਲੀ-ਹੌਲੀ ਹਰੇਕੀ ਹਿੱਲੇ ਲੱਭਣ ਲੱਗ ਪਿਆ ਹਿੰਦੁਸਤਾਨ ਦੀ ਵੰਡ ਦੇ ਨਾਂ ਤੇ ਪੰਜਾਬ ਦੇ 10 ਲੱਖ ਲੋਕਾਂ ਦਾ ਕਹਾਣ ਦੋਹੀਂ ਪਾਸੇ ਹੋਇਆ ਸੀ ਨਫ਼ਰਤ ਦੀ ਅੱਗ ਬਾਲਣ ਵਾਲੇ ਸੇਕ ਤੋਂ ਦੋਵੇਂ ਪਾਸੇ ਮਹਿਫੂਜ਼ ਰਹੇ ਸਨ ਆਸਰਾ ਪਾਲ ਦਾ ਲੱਚੂ ਮਿਸਤਰੀ ਵੀ ਗੁਰਦਾਸਪੁਰ ਦੇ ਇੱਕ ਗੁਰਦੁਆਰੇ ਲਾਗੇ ਰਾਹਤ ਕੈਂਪ ਵਿੱਚ 20 ਬੱਚੇ ਸਮੇਤ ਆ ਗਿਆ ਸੀ ਗੁਰਦੁਆਰੇ ਵਿੱਚ ਇੱਕ ਗੁਰਮੁਖ ਬੰਦੇ ਨਾਲ ਬਾਣੀ ਕਰਕੇ ਮੁਲਾਕਾਤ ਹੋ ਗਈ ਸੀ ਤੇ ਮਿਹਨਤ ਦੀ ਰੋਟੀ ਦਾ ਸਬਬ ਬਣ ਗਿਆ ਸੀ ਲੱਕੜ ਦੇ ਕੰਮ ਵਾਲੀ ਦੁਕਾਨ ਦੇ ਪਿਛਲੇ ਹਿੱਸੇ 'ਚ ਇੱਕ ਛੋਟੇ ਜਿਹੇ ਕਮਰੇ 'ਚ ਰਹਿਣ ਦਾ ਪ੍ਰਬੰਧ ਹੋ ਗਿਆ ਸੀ ਲੱਛੂ ਮਿਸਤਰੀ ਹੱਥਾਂ ਦਾ ਸੁਥਰਾ ਸੀ ਉਹਦੀ ਮਿਹਨਤ ਅਤੇ ਇਮਾਨਦਾਰੀ ਦਾ ਮੁੱਲ ਪਾਉਂਦਿਆਂ ਸਰਦਾਰ ਨੇ ਉਹਦੀ ਪੂਰੀ ਮਦਦ ਕੀਤੀ ਸੀ ਜਲਦੀ ਗੁਰਦਿੱਤੇ ਨੂੰ ਸਕੂਲ ਭੇਜ ਰਾਹ ਦੀ ਸਾ ਲਈ ਸੀ 1947 ਦੇ ਜ਼ਖਮਾਂ ਤੇ ਅੰਗੂਰ ਆਉਣੇ ਸ਼ੁਰੂ ਹੋ ਗਏ ਸਨ ਲੱਛੂ ਸਰਦਾਰ ਕਰਕੇ ਪੂਰਾ ਨਿਤਨੇਮੀ ਵੀ ਬਣ ਗਿਆ ਸੀ ਪਰ ਉਹ ਆਪਣੇ ਵਿੱਚੋਂ ਲੱਛੂ ਨਾ ਮਾਰ ਸਕਿਆ ਜੋ ਤਰਕਾਲਾਂ ਵੇਲੇ ਸਿਰ ਘਮਾਉਣ ਦਾ ਆਦੀ ਸੀ ਉੱਪਰ ਦੇ ਨਾਲ ਆਪਣੇ ਵਾਂਗ ਹੀ ਸਰਦਾਰ ਤੋਂ ਚੋਰੀ ਛਿਟ ਲਾਉਣ ਵਾਲੇ ਕਾਰੀਗਰ ਹੱਥ ਪਉਆ ਮੰਗਵਾ ਕੇ ਕਾਗਜ਼ 'ਚ ਲਪੇਟ ਵਖੀ ਵਾਲੇ ਬੋਝੇ 'ਚ ਪਾ ਕੇ ਲਿਆਉਂਦਾ ਜਿਹਦੇ ਦੋ ਡੰਗ ਕਰਦਾ ਗੁਰਦਿੱਤੇ ਦੀ ਮਾਂ ਉਹਨੂੰ ਐਬ ਨਹੀਂ ਸਮਝਦੀ ਸੀ ਕਿਉਂਕਿ ਲੱਛੂ ਪੀਂਦਾ ਜ਼ਰੂਰ ਸੀ ਪਰ ਸ਼ਰਾਬੀ ਨਹੀਂ ਸੀ ਗੁਰਦਿੱਤੇ ਦੇ ਨਵੇਂ ਸਕੂਲ 'ਚ ਸ਼ਹਿਰੀ ਬੱਚੇ ਦੋਸਤ ਬਣ ਗਏ ਸਨ ਪਰ ਇਹਨਾਂ 'ਚ ਨਾ ਤਾਂ ਅਹਿਮਦ ਜੈਬਾ ਸਨ ਤੇ ਨਾ ਹੀ ਗੁੱਲੀ ਡੰਡੇ ਦੇ ਖੇਡ ਬਣ ਫੱਬ ਕੇ ਆਏ ਸ਼ਹਿਰੀ ਬੱਚੇ ਜਦੋਂ ਮੋਰੀ ਵਾਲੇ ਪੈਸੇ ਜਾਂ ਟਕੇ ਦੀ ਕੁਲਫੀ ਜਾਂ ਕੁਝ ਹੋਰ ਲੈ ਕੇ ਖਾਂਦੇ ਤਾਂ ਗੁਰਦਿੱਤਾ ਆਪਣੇ ਆਪ ਨੂੰ ਹੀਣਾ ਹੀਣਾ ਹੀ ਮਹਿਸੂਸ ਕਰਦਾ ਬਾਪੂ ਵੱਲੋਂ ਖਾਲੀ ਕੀਤੇ ਖਾਲੀ ਪਗੂਏ ਫੇਰੀ ਵਾਲੇ ਨੂੰ ਵੇਚ ਕੇ ਵੱਟੇ ਪੈਸੇ ਜਦੋਂ ਕਿਤੇ ਬੋਝੇ ਚੋਂ ਕੱਢ ਕੇ ਖਰਚਦਾ ਤਾਂ ਆਪਣੇ ਆਪ ਨੂੰ ਸ਼ਹਿਰੀ ਬੱਚਿਆਂ ਦੇ ਬਰਾਬਰ ਸਮਝਣ ਦਾ ਭਰਮ ਪਾਲਦਾ ਪਾਕਿਸਤਾਨ ਵਿਚਲਾ ਵੇਲਾ ਯਾਦ ਕਰਦਾ ਤਾਂ ਪਿਓ ਦੀ ਕਹੀ ਗੱਲ ਕਦੀ ਨਾ ਵਿਸਰਦੀ ਮੈਂ ਤਾਂ ਤੁ ਗੁੱਲੀਆਂ ਨਹੀਂ ਕਢਾਉਣੀਆਂ ਦੱਲਾ ਕਿ ਪੜਿਆ ਕਰ ਇਹੇ ਸ਼ਬਦ ਉਹਦੀ ਪ੍ਰੇਰਣਾ ਬਣ ਗਏ ਸਨ ਤੇ ਉਹ ਸਰਕਾਰੀ ਸਕੂਲੇ ਪੜਦਾ 10ਵੇਂ ਪਹਿਲੇ ਦਰਜੇ ਚ ਪਾਸ ਕਰ ਗਿਆ ਸੀ ਕਾਮਯਾਬੀ ਦੀਆਂ ਮੰਜ਼ਲਾਂ ਸਰ ਕਰਦਾ ਬੀਏ ਵੀ ਪਹਿਲੇ ਦਰਜੇ ਚ ਪਾਸ ਕਰਕੇ ਚੰਗੇ ਸਰਕਾਰੀ ਅਹੁਦੇ ਤੇ ਤਾਇਨਾਤ ਹੋ ਗਿਆ ਸੀ ਚੰਗੇ ਦਿਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਉਹਦੀ ਮਾਂ ਨੂੰ ਪੁੱਤ ਤੋਂ ਪਾਣੀ ਵਾਰ ਕੇ ਪੇੜ ਦੀ ਰੀਜ ਦਿਲਚੀ ਲੈ ਕੇ ਬਾਪੂ ਤੇ ਉਹਨੂੰ ਕੱਲਿਆਂ ਛੱਡ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈ ਸੀ ਸਮਾਂ ਹਰੇਕ ਦੁੱਖ ਦੀ ਦਵਾਈ ਹੁੰਦਾ ਹੈ ਹੌਲੀ-ਹੌਲੀ ਆਪੇ ਸਭ ਕੁਝ ਸਾਵਾਂ ਹੋ ਜਾਂਦਾ ਹੈ ਗੁਰਦਿੱਤ ਨੇ ਵਿਆਹ ਕਰਵਾ ਕੇ ਵੀ ਆਪਣੇ ਬਾਪ ਦੀ ਹਰ ਲੋੜ ਦਾ ਹਮੇਸ਼ਾ ਖਿਆਲ ਰੱਖਿਆ ਭਾਵੇਂ ਗਲੀ ਮੁਹੱਲੇ ਤੇ ਸ਼ਹਿਰ 'ਚ ਹੁਣ ਲੱਛੂ ਮਿਸਤਰੀ ਸਰਦਾਰ ਲਛਮਣ ਸਿੰਘ ਕਰਕੇ ਸਤਕਾਰਿਆ ਜਾਂਦਾ ਸੀ ਪਰ ਰਾਤ ਨੂੰ ਉਹ ਲੱਛੂ ਮਿਸਤਰੀ ਸੀ ਇਹ ਸਿਰਫ ਗੁਰਦਿੱਤ ਸਿੰਘ ਹੀ ਜਾਣਦਾ ਸੀ ਜਾਂ ਉਹਦੀ ਸਹੂ ਪਤਨੀ ਸੜਕੇ ਜਾਗੋ ਮਿੱਟੀ ਚ ਫੋਨ ਦੀ ਘੰਟੀ ਵੱਜੀ ਗੁਰਦੇਵ ਸਿੰਘ ਦੇ ਅਫਸਰ ਬੇਟੇ ਦਾ ਫੋਨ ਸੀ ਪਾਪਾ ਜੀ ਅਸੀਂ 10 ਵਜੇ ਪਹੁੰਚ ਜਾਾਂਗੇ ਕਹਿ ਕੇ ਫੋਨ ਕੱਟਦਾ ਸੀ ਸਾਰੀਆਂ ਰਸਮਾਂ ਹੋਈਆਂ ਸਨ ਜਦੋਂ ਨੇ ਪੁੱਤਰ ਨੂੰ ਉਹਦੇ ਦਾਦੇ ਦੀ ਆਖਰੀ ਮਨਸ਼ਾ ਦੱਸੀ ਸੀ ਤਾਂ ਪੁੱਤਰ ਦੇ ਸਮਾਜਿਕ ਰੁਤਬੇ ਨੇ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਸੀ ਕੀ ਕਹਿੰਦੇ ਬੈਜੇ ਪਾਪਾ ਜੀ ਤੁਹਾਨੂੰ ਪਤਾ ਹੈ ਮੈਂ ਇੰਜ ਨਹੀਂ ਕਰ ਸਕਦਾ ਕੀ ਕਹਿਣਗੇ ਮੇਰੇ ਕੋਲ ਪੁੱਤਰ ਨੂੰ ਸਰਕਾਰੀ ਤੇ ਸਮਾਜਿਕ ਰੁਤਬੇ ਅਨੁਸਾਰ ਸਭ ਕੁਝ ਕਰਨਾ ਹੀ ਪੈਣਾ ਸੀ ਅੱਜ ਸ਼ਹਿਰ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ 'ਤੇ ਸਰਦਾਰ ਲక్ష్మణ ਸਿੰਘ ਉਰਫ ਲੱਛੂ ਮਿਸਤਰੀ ਦੀ ਅੰਤਿਮ ਅਰਦਾਸ ਸੀ। ਉਹਦੇ ਪੁੱਤਰ ਦੇ ਕੁਲੀਕ ਤੇ ਸੱਜਣ ਮਿੱਤਰ ਦੁੱਖ ਦੀ ਘੜੀ 'ਚ ਸ਼ਾਮਲ ਸਨ। ਗੁਰਦੇਵਤ ਸਿੰਘ ਦੇ ਸੱਜਣਾ ਮਿੱਤਰਾਂ ਦਾ ਘੇਰਾ ਵੀ ਵਿਸ਼ਾਲ ਸੀ। ਪਿਤਾ ਦੀਆਂ ਆਖਰੀ ਇੱਛਾਵਾਂ ਨਾ ਪੂਰੀਆਂ ਕਰਕੇ ਉਹ ਅੱਜ ਵੀ ਉਹ ਵੀ ਅੱਜ ਪੁਰਾਣੀ ਲਕੀਰ ਤੇ ਲਕੀਰ ਮਾਰਨ ਲਈ ਮਜਬੂਰ ਸੀ। ਪਰਦੇ ਪਿੱਛੇ ਐਬ ਉਹਦਾ ਪਿਓ ਹੀ ਨਹੀਂ ਕਰਦਾ ਸੀ। ਜਿੰਨੇ ਵੀ ਸਫੈਦ ਪੋਸ਼ਾਈ ਸਨ ਸਾਰੇ ਹੀ ਕਰਦੇ ਸਨ ਐਬ ਵੱਖਰੇ ਵੱਖਰੇ ਹੋ ਸਕਦੇ ਆ ਪਰ ਇਕਬਾਲ ਕਰਨ ਲਈ ਕੋਈ ਵੀ ਤਿਆਰ ਨਹੀਂ ਸ਼ਰਧਾਂਜਲੀਆ ਦਾ ਸਿਲਸਿਲਾ ਸ਼ੁਰੂ ਹੋਇਆ ਬੇਸ਼ੱਕ ਬਾਪੂ ਨੂੰ ਕੋਈ ਜਾਣਦਾ ਸੀ ਜਾਂ ਨਹੀਂ ਪਰ ਅਫਸਰ ਪੋਤਰੇ ਦੀ ਮਾਰਫਤ ਉਹਨੇ ਵੀ ਧਾਰਮਿਕਤਾ ਦੇ ਸੋਲੇ ਪੜੇ ਸਨ ਜੋ ਜਾਣਦੇ ਸਨ ਉਹਨੇ ਤਾਂ ਪੜ੍ਹ ਨਹੀਂ ਸੀ ਸੰਪਨ ਲੋਕਾਂ ਦੇ ਅਜਿਹੇ ਸਮਾਗਮਾਂ ਚ ਅਕਸਰਂ ਜੀ ਹੁੰਦਾ ਹੈ ਮਿਰਤਕ ਦੇ ਐਬ ਟੱਕ ਕੇ ਚੰਗੇ ਗੁਣਾਂ ਦੇ ਸੋਲੇ ਗਾ ਕੇ ਆਪਣੇ ਵਿਦਵਾਨ ਹੋਣ ਦਾ ਪ੍ਰਭਾਵ ਛੱਡਦਾ ਹਰੇਕ ਹੀ ਆਪਣੀ ਜ਼ੁਬਾਨ ਦੀ ਉੱਲੀ ਲਾਉਂਦਾ ਭਾਵੇਂ ਪੰਡਾਲ 'ਚ ਬੈਠੇ ਲੋਕਾਂ ਦਾ ਧਿਆਨ ਮਹਿਕਾਂ ਛੱਡਦੇ ਲੰਗਰਵਾਲ ਹੋਵੇ ਪਰ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਪਰ ਗੁਰਦਿੱਤ ਸਿੰਘ ਅਸਲੀ ਜ਼ਿੰਦਗੀ ਦੇ ਹਮੇਸ਼ਾ ਨੇੜੇ ਰਿਹਾ ਸੀ ਸਟੇਜ ਸਕੱਤਰ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਅਖੀਰ 'ਚ ਬਾਪੂ ਦੇ ਪੁੱਤਰ ਗੁਰਦਿੱਤ ਸਿੰਘ ਜੀ ਨੂੰ ਪਿਤਾ ਦੇ ਨਮਿਤ ਕੁਝ ਸ਼ਬਦ ਕਹਿਣ ਦੀ ਬੇਨਤੀ ਕੀਤੀ ਬੜੇ ਖਮੀ ਨਾਲ ਗੁਰਦੇਵ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਬੁਲਾਰਿਆਂ ਨੇ ਪਿਤਾ ਜੀ ਦੀ ਮਿਹਨਤ ਕਿਰਤ ਤੇ ਧਾਰਮਿਕ ਆਸਥਾ ਸੰਬੰਧੀ ਜੋ ਵੀ ਵਡਿਆਈ ਕੀਤੀ ਹੈ ਉਹਦੇ ਹੱਕਦਾਰ ਸਨ ਇਸ ਸਾਰਾ ਕੁਝ ਬਾਕੀ ਬੁਲਾਰਿਆਂ ਦੀ ਪ੍ਰੌੜਤਾ 'ਚ ਬੋਲਦਿਆਂ ਉਹਦੇ ਬੁੱਲ ਇੰਜ ਕੰਬ ਰਹੇ ਹਨ ਸਨ ਜਿਵੇਂ ਉਹ ਵੀ ਹੋਰ ਨਾ ਵਾਂਗ ਕੋਈ ਝੂਠ ਬੋਲ ਰਿਹਾ ਹੋਵੇ ਸੰਖੇਪ ਭਾਸ਼ਣ ਤੋਂ ਬਾਅਦ ਸਟੇਜ ਤੋਂ ਵਾਪਸ ਆਉਂਦੇ ਉਹਦੀਆਂ ਲੱਤਾਂ ਇੰਜ ਡੋਲ ਰਹੀਆਂ ਸਨ ਜਿਵੇਂ ਕਿਸੇ ਨੇ ਉਹਦੇ ਸਿਰ ਤੇ ਕਿਸੇ ਅਪਰਾਧ ਦਾ ਮਣਾ ਮੂਹੀ ਭਾਰ ਰੱਖ ਦਿੱਤਾ ਹੋਵੇ ਉਹਦੇ ਜ਼ੈਨ ਚ ਬਾਪੂ ਦੇ ਆਖਰੀ ਸ਼ਬਦ ਖੋਰੂ ਪਾਰੇ ਸਨ ਗੁਰੂ ਵਾਲਾ ਹੋ ਕੇ ਵੀ ਮੈਂ ਆਪਣੇ ਆਪ ਚ ਸ਼ਰਾਬੀ ਲੱਛੂ ਮਿਸਤਰੀ ਨਹੀਂ ਮਾਰ ਸਕਿਆ ਧੰਨਵਾਦ